ਆਪਾਂ ਸਰਵਿਸ ਸਿੰਘ ਜੀ ਉਹਨਾਂ ਦਾ ਗੁਰਮੀਤ ਕਰੇੜਾ ਦਾ ਬਹੁਤ ਬਹੁਤ ਧੰਨਵਾਦ ਵੱਡੇ ਮਾਨ ਸਨਮਾਨ ਕਰਦੇ ਹੋਏ ਖਿਡਾਰੀਆਂ ਦੇ ਲਈ ਮੱਖਣ ਮੱਖੀ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਕਹਿੰਦਾ ਨੇ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦਾ ਆਸ਼ੀਰਵਾਦ ਲਾ ਆਉਂਦਾ ਤੇ ਮੱਖਣ ਮੱਖੀ ਨਹੀਂ ਜਗਮੋਹਨ ਸਿੰਘ ਹੀ ਰਹਿ ਜਾਣਾ ਸੀਗਾ ਪਰ ਬਾਬਾ ਜੀ ਨੇ ਆਸ਼ੀਰਵਾਦ ਬਖਸ਼ਿਆ ਤੇ ਮੱਖਣ ਮੱਖੀ ਵਾਲਾ ਟੌਪ ਦਾ ਖਿਡਾਰੀ ਬਣਿਆ ਤਾਂ ਵਧੀਆ ਖੇਡਿਆ ਬਾਦਸ਼ਾਹ ਵਾਲੇ ਹਜ਼ੂਰ ਸਾਹਿਬ ਹੀ ਆ ਸੰਤੋ ਆ ਕਰਨਾ ਕੋਸ਼ਿਸ਼ ਹੋਈ ਸੀਗੀ ਬਣਾਉਣੇ